ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਦੇ ਵਿੱਚ। ਅੱਜ ਆਪਾਂ ਬੇਸਣ ਦੇ ਲੱਡੂ ਬਣਾਵਾਂਗੇ। ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ, ਖਾਣ ਦੇ ਵਿੱਚ ਬੇਹੱਦ ਸਵਾਦ ਹੁੰਦੇ ਨੇ। ਅਤੇ ਸਭ ਤੋਂ ਪਹਿਲਾਂ ਮੈਂ ਇਹ ਵਾਲੀ ਕੌਲੀ ਮੈਂ ਨਾਪੀ ਹੈ, 3 ਕੌਲੀਆਂ ਮੈਂ ਬੇਸਣ ਦੀਆਂ ਲਈਆਂ ਨੇ। ਬੇਸਣ ਨੂੰ ਆਪਾਂ ਨੇ ਛਾਣ ਲਿਆ ਚੰਗੀ ਤਰ੍ਹਾਂ ਨਾਲ। ਛਾਣਨਾ ਬੇਸਣ ਜ਼ਰੂਰੀ ਹੈ ਤਾਂ ਕਿ ਕੋਈ ਗੱਠ ਨਾ ਰਹੇ ਉਹਦੇ ਵਿੱਚ। ਅਤੇ ਹੁਣ ਮੈਂ ਇਹ 1/4 ਕੌਲੀ ਘਿਓ ਦੀ ਲਈ ਹੈ। 3 ਕੌਲੀਆਂ ਬੇਸਣ ਦੇ ਲਈ, ਆਪਾਂ ਨੇ 1/4 ਕੌਲੀ ਦੇਸੀ ਘਿਓ ਦੀ ਲਈ ਹੈ। ਸਭ ਤੋਂ ਪਹਿਲਾਂ ਆਪਾਂ ਅੱਧਾ ਘਿਓ ਪਾ ਦਾਂਗੇ, ਜੇ ਜ਼ਰੂਰਤ ਪਈ ਆਪਾਂ ਫਿਰ ਬਾਅਦ 'ਚ ਪਾਵਾਂਗੇ। ਘਿਓ ਨੂੰ ਗਰਮ ਹੋਣ ਦਿੰਦੇ ਹਾਂ। ਹੁਣ ਸਾਰਾ ਬੇਸਣ ਪਾ ਦਾਂਗੇ ਵਿੱਚ। ਹੁਣ ਲੋਅ ਮੀਡੀਅਮ ਆਂਚ ਦੇ ਉੱਤੇ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਹੈ, ਜਿੰਨਾ ਦੇਰ ਤੱਕ ਇਹਦੇ ਵਿੱਚੋਂ ਸੌਂਦੀ ਸੌਂਦੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਅਤੇ ਇਹਦਾ ਹਲਕਾ ਜਿਹਾ ਕਲਰ ਹੈ ਜਿਹੜਾ ਉਹ ਲਾਈਟ ਬਰਾਊਨ ਜਿਹਾ ਨਹੀਂ ਹੋ ਜਾਂਦਾ। 6-7 ਮਿੰਟ ਹੋ ਗਏ ਆਪਾਂ ਨੂੰ ਬੇਸਣ ਨੂੰ ਭੁੰਨਦਿਆਂ ਹੋਇਆਂ। ਇਹਨੂੰ ਆਪਾਂ ਨੇ ਇਸ ਤਰ੍ਹਾਂ ਕਰਕੇ ਨਾਲੇ ਤਾਂ ਗੱਠਾਂ ਭੰਨੀ ਜਾਣੀਆਂ ਨੇ, ਨਾਲ ਨਾਲ ਹਿਲਾਈ ਜਾਣਾ। ਸ਼ੁਰੂ ਸ਼ੁਰੂ ਦੇ ਵਿੱਚ ਆਪਾਂ ਨੂੰ ਬੇਸਣ ਬਹੁਤ ਸੁੱਕਾ ਸੁੱਕਾ ਲੱਗੂਗਾ, ਵੀ ਘਿਓ ਬਹੁਤ ਜ਼ਿਆਦਾ ਘੱਟ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਬਾਅਦ ਦੇ ਵਿੱਚ ਜਿਉਂ ਜਿਉਂ ਆਪਾਂ ਇਹਨੂੰ ਸਲੋ ਮੀਡੀਅਮ ਆਂਚ ਦੇ ਉੱਤੇ ਹੌਲੀ ਹੌਲੀ ਭੁੰਨਦੇ ਹਾਂ ਤਾਂ ਫਿਰ ਇਹਦੇ ਵਿੱਚ ਜਿਹੜਾ ਘਿਓ ਹੈ ਉਹ ਥੋੜ੍ਹਾ ਥੋੜ੍ਹਾ ਰਿਲੀਜ਼ ਹੋਣ ਲੱਗਦਾ। ਆਹ ਦੇਖੋ, ਹੁਣ ਘਿਓ ਇੰਨਾ ਘੱਟ ਨਹੀਂ ਲੱਗ ਰਿਹਾ, ਪਰ ਫਿਰ ਵੀ ਘੱਟ ਹੈ ਘਿਓ। ਆਪਾਂ ਇਹਦੇ ਵਿੱਚੋਂ ਜਿਹੜਾ ਬਚਾਇਆ ਸੀ ਅੱਧਾ ਕੁ ਘਿਓ ਹੋਰ ਪਾ ਦਾਂਗੇ। ਇੰਨਾ ਕੁ ਹਾਲੇ ਰੱਖ ਲਵਾਂਗੇ, ਇਹਨੂੰ ਬਾਅਦ 'ਚ ਯੂਜ਼ ਕਰਾਂਗੇ ਜੇ ਜ਼ਰੂਰਤ ਪੈਂਦੀ ਹੈ ਤਾਂ। ਆਹ ਦੇਖੋ, ਹੁਣ ਘਿਓ ਬਿਲਕੁਲ ਪਰਫੈਕਟ ਹੈ। ਫਿਰ ਆਪਾਂ ਜਦੋਂ ਲੱਡੂ ਬੰਨਾਂਗੇ ਫਿਰ ਉਦੋਂ ਆਪਾਂ ਨੂੰ ਪਤਾ ਚੱਲ ਜਾਊਗਾ। ਜੇ ਥੋੜ੍ਹਾ ਬਹੁਤ ਆਪਾਂ ਨੂੰ ਘੱਟ ਲੱਗਿਆ ਵੀ ਲੱਡੂ ਨਹੀਂ ਬਣ ਰਿਹਾ, ਫਿਰ ਆਪਾਂ ਇਸਤੇਮਾਲ ਕਰ ਸਕਦੇ ਹਾਂ, ਅਦਰਵਾਈਜ਼ ਹੁਣ ਠੀਕ ਹੈ। ਸ਼ੁਰੂ ਸ਼ੁਰੂ ਦੇ ਵਿੱਚ ਤੁਹਾਨੂੰ ਬਿਲਕੁਲ ਉਹ ਨਹੀਂ ਕਰਨਾ ਹੈਗਾ ਵੀ ਇਹ ਤਾਂ ਬਿਲਕੁਲ ਸੁੱਕਾ ਲੱਗਦਾ ਬੇਸਣ। ਸ਼ੁਰੂ ਸ਼ੁਰੂ 'ਚ ਬਹੁਤ ਸੁੱਕਾ ਜਿਹਾ ਲੱਗਦਾ ਹੁੰਦਾ, ਬਸ ਉਹਨੂੰ ਆਪਾਂ ਨੇ ਹੌਲੀ ਹੌਲੀ ਆਂਚ ਦੇ ਉੱਤੇ ਇਸ ਤਰ੍ਹਾਂ ਕਰਕੇ ਭੁੰਨੀ ਜਾਣਾ। ਬੇਸਣ ਆਪਣਾ ਚੰਗੀ ਤਰ੍ਹਾਂ ਨਾਲ ਭੁੰਨ ਗਿਆ। ਹੁਣ ਆਪਾਂ ਗਰਮ ਗਰਮ ਦੇ ਵਿੱਚ ਹੀ ਡਰਾਈ ਫਰੂਟ ਲਏ ਨੇ, ਮੈਂ ਇਹਨਾਂ ਨੂੰ ਛੋਟਾ ਛੋਟਾ ਕੱਟ ਲਿਆ, ਕਾਜੂ ਅਤੇ ਬਦਾਮ। ਤੁਸੀਂ ਕੋਈ ਵੀ ਡਰਾਈ ਫਰੂਟ ਯੂਜ਼ ਕਰ ਸਕਦੇ ਹੋ, ਇਹ ਵੀ ਇਹਦੇ ਵਿੱਚ ਹੀ ਰੋਸਟ ਹੋ ਜਾਣਗੇ ਥੋੜ੍ਹਾ ਜਿਹਾ। ਅੱਧੇ ਕੁ ਮਿੰਟ ਲਈ ਆਪਾਂ ਇਹਨਾਂ ਨੂੰ ਵੀ ਭੁੰਨ ਲਾਂਗੇ। ਅੱਧਾ 1/4 ਮਿੰਟ ਆਪਾਂ ਨੇ ਇਹਨਾਂ ਨੂੰ ਵੀ ਡਰਾਈ ਫਰੂਟ ਨੂੰ ਵੀ ਭੁੰਨ ਲਿਆ। ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਅਤੇ ਇਹਨੂੰ ਠੰਡਾ ਹੋਣ ਦੇਵਾਂਗੇ। ਜਦੋਂ ਥੋੜ੍ਹਾ ਜਿਹਾ ਇਹ ਸਲਾਈਟਲੀ ਠੰਡਾ ਹੋ ਜਾਊਗਾ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੀਨੀ ਨੂੰ ਆਪਾਂ ਪੀਸ ਲਾਂਗੇ, ਚੀਨੀ ਇਹਦੇ ਵਿੱਚ ਇਸਤੇਮਾਲ ਕਰਾਂਗੇ। ਫਿਰ 3 ਕੌਲੀ ਆਪਾਂ ਨੇ ਬੇਸਣ ਲਈ ਸੀ ਅਤੇ 1 ਕੌਲੀ ਆਪਾਂ ਨੇ ਚੀਨੀ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਪੀਸ ਲਿਆ ਅਤੇ ਛਾਣ ਲਿਆ। ਹੁਣ ਆਪਾਂ ਇਹ ਮਿਕਸ ਕਰ ਦਾਂਗੇ ਵਿੱਚ। ਮਿੱਠਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਵੱਧ ਜਾਂ ਘੱਟ ਕਰ ਸਕਦੇ ਹੋ, ਕਈ ਲੋਕ ਵੱਧ ਮਿੱਠਾ ਖਾਂਦੇ ਆ ਤਾਂ ਉਹ ਵੱਧ ਪਾ ਸਕਦੇ ਨੇ। ਅਤੇ ਮੈਂ ਇਹ 3 ਕੌਲੀਆਂ ਦੇ ਵਿੱਚ 1 ਕੌਲੀ ਮਿੱਠੇ ਦੀ ਪਾਈ ਹੈ। ਆਪਾਂ ਨੇ ਹੱਥ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ। ਆਪਾਂ ਨੇ 1/2 ਗਰਮ ਦੇ ਵਿੱਚ ਚੀਨੀ ਪਾਉਣੀ ਹੈ ਜਦੋਂ ਇਹ ਆਪਾਂ ਹੱਥ ਲਾ ਸਕੀਏ ਇਹਨੂੰ। ਆਹ ਦੇਖੋ, ਹੁਣ ਇਹ ਬੰਨ ਰਿਹਾ, ਲੱਡੂ ਆਪਾਂ ਵੱਟ ਸਕਦੇ ਹਾਂ, ਪਰ ਮੈਨੂੰ ਥੋੜ੍ਹਾ ਜਿਹਾ ਘੱਟ ਲੱਗਦਾ ਵੀ ਥੋੜ੍ਹਾ ਘੱਟ ਬਣ ਰਿਹਾ। ਤਾਂ ਆਪਾਂ ਥੋੜ੍ਹਾ ਜਿਹਾ ਇਹਦੇ ਵਿੱਚ ਘਿਓ ਆ ਜਿਹੜਾ ਰੱਖਿਆ ਹੋਇਆ ਸੀ ਬਚਾ ਕੇ, 1 ਚਮਚਾ ਕੁ ਬਸ ਆਪਾਂ ਘਿਓ ਦਾ ਐਡ ਕਰ ਦਾਂਗੇ। ਆਹ ਦੇਖੋ, ਹੁਣ ਆਪਾਂ ਇਹ ਜਿਹੜਾ ਲੱਡੂ ਆਪਣਾ ਹੁਣ ਚੰਗੇ ਤਰੀਕੇ ਨਾਲ ਬਣ ਰਿਹਾ। ਆਪਾਂ ਛੋਟਾ ਛੋਟਾ ਪੋਰਸ਼ਨ ਲਵਾਂਗੇ, ਜਿੰਨੇ ਵੀ ਛੋਟੇ ਜਾਂ ਬੜੇ ਲੱਡੂ ਜਿਸ ਤਰ੍ਹਾਂ ਦੇ ਵੀ ਤੁਸੀਂ ਬਣਾਉਣੇ ਆ ਬਣਾ ਸਕਦੇ ਹੋ। ਪਿਸਤਾ ਲਾ ਦਾਂਗੇ ਆਪਾਂ ਸਜਾਉਣ ਲਈ। ਪਿਸਤੇ ਦੇ ਨਾਲ ਇਹਨੂੰ ਗਾਰਨਿਸ਼ ਕਰ ਦਾਂਗੇ ਆਪਾਂ, ਹਲਕਾ ਜਿਹਾ ਦਬਾ ਦਾਂਗੇ। ਸਵਾਦਿਸ਼ਟ ਬੇਸਣ ਦੇ ਲੱਡੂ ਬਣ ਕੇ ਤਿਆਰ ਨੇ। ਇਹਨਾਂ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ, ਕੋਈ ਚਾਸ਼ਨੀ ਨਹੀਂ ਬਣਾਉਣੀ, ਕੁਛ ਨਹੀਂ ਕਰਨਾ ਆਪਾਂ ਨੇ।
ते फ्रेंड्स तुसी भी इदां ही बना के देखियो। जे वीडियो तुहानू पसंद आई होवे तां मेरे चैनल नू सबसक्राइब करियो, वीडियो नू शेयर करियो, लाइक करियो। थैंक यू।